अज असी HTML दे विच फॉरमैटिंग टैग्स हुंदे कुछ उन्हां नूं सिखांगे अपने डॉक्यूमेंट नूं फॉरमैट किद्दां करना। उहदे वास्ते फिर असी एक न्यू फाइल कर लांगे, उस नूं सेव कर देंगे फॉरमैटिंग टैग्स .html आपां नाम रख दिता। फिर असी इस फाइल दे विच्चों अपना कंटेंट जो सी उहनूं कॉपी करके इस फाइल 'च लिया के पेस्ट कर दिता। हुण आह वालियां सारियां लाइनां असी इच्चों कट दित्तियां। इत्थे टाइटल दे विच असी ले दिता फॉरमैटिंग टैग्स, इनू बीजी कलर असी लाइट ग्रीन कर दिता। इत्थे बॉडी विच ले दिता आपां H1 टैग लगा दिता फॉरमैटिंग टैग्स इन HTML। आप एक लाइन लिख दी कि ये लिखी आवे ते इनू अलाइन भी असी, चलो फिलहाल मैं अलाइन नहीं किया, इनू सेव कर दिता। सेव कर तो बाद वेच असी इत्थे हुण जाके व्यू जूम करंट फाइल दे विच जाके क्रोम ते क्लिक कर दिता। हुण लाइट ग्रीन नहीं होया क्योंकि वो कलर नहीं हैगा, ते आपा उत्थे ऑरेंज करके दे दे, ऑरेंज हुंदा कि नहीं हुंदा, ऑरेंज कलर करके आपा कीता ते ऑरेंज कलर हो गया, असी कलर चेंज कर दिता। ते हुण फॉरमैटिंग टैग्स इन HTML हैडिंग बनिया आ गया। हुण उह हैडिंग मैनूं सेंटर दे विच चाहीदा ते मैं उहदा एट्रीब्यूट अप्लाई करूँगा H1 दा। H1 विच असी क्लिक कीता, एक स्पेस दित्ती, फिर अलाइन लिखिया, फिर इक्वल टू का साइन पाया, डबल कोमे पाए, तो ये असी सेंटर लिख देता। फिर आप रिफ्रैश किया तो सेंटर विच आ गया, मेरा पेज तैयार हो गया, सिंपल एक पेज तैयार हो गया। हुण इहदे विच मैं कुछ लाइना लिखूंगा, आप इहदे विच लाइन लिखी दिस इज बोल्ड टैक्सट। ਆਪਾਂ ਇੱਥੇ ਬੋਲਡ ਤੋਂ ਪਹਿਲਾਂ ਨਾ ਹੁਣ ਇਹਨੂੰ ਪਹਿਲਾਂ ਸੇਵ ਕਰਤਾ, ਮੈਂ ਸੇਵ ਕਰਕੇ ਅਤੇ ਇੱਧਰ ਰੀਫਰੈਸ਼ ਕੀਤਾ ਅਤੇ ਉਹਦੇ ਦੇਖੋ ਦਿਸ ਇਜ਼ ਬੋਲਡ ਟੈਕਸਟ ਲਿਖਿਆ ਗਿਆ। ਹੁਣ ਬੋਲਡ ਟੈਕਸਟ ਲਿਖਿਆ ਆ ਗਿਆ, ਪਰ ਹੈ ਸਿੰਪਲ ਹੀ ਆ, ਕੁਛ ਵੀ ਨਹੀਂ ਹੈਗਾ ਇਹਦੇ ਵਿੱਚ, ਠੀਕ ਆ। ਮੈਂ ਇੱਥੇ ਹੁਣ ਇੱਕ BR ਟੈਗ ਦੀ ਵਰਤੋਂ ਕਰਤੀ ਕਿਉਂਕਿ ਮੈਂ ਇੱਥੋਂ ਲਾਈਨ ਨੂੰ ਬ੍ਰੇਕ ਕਰਨਾ ਚਾਹੁੰਦਾ, ਇੱਥੇ ਲਾਈਨ ਬ੍ਰੇਕ ਕਰਤੀ, ਇਹਨੂੰ ਬੋਲਡ ਕਰਨਾ ਚਾਹੁੰਦਾ ਇੰਨੇ ਟੈਕਸਟ ਨੂੰ। ਮੈਂ ਬੋਲਡ ਦੇ ਅੱਗੇ B ਟੈਗ ਲਿਖਿਆ ਅਤੇ ਇੱਥੇ ਬੋਲਡ ਦੇ ਪਿੱਛੇ B ਟੈਗ ਬੰਦ ਕਰ ਦਿੱਤਾ, ਇੱਕ ਲਾਈਨ ਲਿਖੀ ਬਸ ਮੈਂ, ਠੀਕ ਆ। ਹੁਣ ਆਪਾਂ ਇਹਨੂੰ ਸੇਵ ਕਰ ਦਿੱਤਾ, ਫਿਰ ਇੱਧਰ ਗਏ F5 ਕੀਤਾ। ਹੁਣ ਦੇਖੋ ਇਹਦੇ ਵਿੱਚ ਦਿਸ ਇਜ਼ ਬੋਲਡ ਦੇ ਵਿੱਚ ਬੀ ਜਿਹੜਾ ਸੀ, ਬੋਲਡ ਜਿਹੜਾ ਸੀਗਾ ਉਹ ਡਾਰਕ ਹੋ ਗਿਆ। ਕਿਉਂ ਡਾਰਕ ਹੋ ਗਿਆ? ਕਿ ਅਸੀਂ ਬੀ ਟੈਗ ਦੀ ਵਰਤੋਂ ਕੀਤੀ, ਬੀ ਟੈਗ ਮਤਲਬ ਬੋਲਡ ਕਰਨਾ, ਕਿਸ ਨੂੰ ਮੋਟਾ ਕਰਨਾ। ਹੁਣ ਮੈਂ ਇਸੇ ਲਾਈਨ ਨੂੰ ਹੀ ਕਾਪੀ ਪੇਸਟ ਕਰ ਰਿਹਾ, ਕਾਪੀ ਪੇਸਟ ਕਰਕੇ ਮੈਂ ਇੱਥੇ ਲਿਖ ਦਿੱਤਾ ਬੋਲਡ ਦੀ ਜਗ੍ਹਾ ਮੈਂ ਕਰਤਾ U ਫੋਰ ਅੰਡਰਲਾਈਨ, ਅੰਡਰਲਾਈਨ, ਅਤੇ ਇੱਥੇ U ਬੰਦ ਕਰ ਦਿੱਤਾ। ਫਿਰ ਅਸੀਂ ਦੁਬਾਰਾ ਇਹਦੇ ਵਿੱਚ ਲਿਖਿਆ, ਇੱਥੇ ਲਿਖਤਾ I ਮਤਲਬ ਇਟੈਲਿਕ, ਇਟੈਲਿਕ ਤੋਂ ਭਾਵ ਥੋੜ੍ਹਾ ਤਿਰਛਾ, I ਸ਼ੁਰੂ I ਬੰਦ। ਫਿਰ ਇੱਥੇ ਆਪਾਂ ਲਿਖਤਾ S ਸ਼ੁਰੂ S ਬੰਦ, ਇਹ ਹੁੰਦਾ ਸਭ ਸਟ੍ਰਾਈਕ ਥਰੂ। ਹੁਣ ਆਪਾਂ ਇਹਨੂੰ ਸੇਵ ਕਰਕੇ ਫਿਰ ਦੁਬਾਰਾ ਇੱਧਰ ਗਏ F5 ਕੀਤਾ। ਹੁਣ ਦੇਖੋ ਆਹ ਲਾਈਨਾਂ ਲਿਖੀਆਂ, ਇਹਦੇ ਵਿੱਚ ਆਹ ਵਾਲਾ ਬੋਲਡ ਸੀ, ਆਹ ਅੰਡਰਲਾਈਨ ਸੀ, ਆਹ ਇਟੈਲਿਕ ਹੈ, ਆਹ ਸਟ੍ਰਾਈਕ ਥਰੂ ਹੈ। ਇਹ ਸਾਰੇ ਫੋਰਮੈਟਿੰਗ ਹੋ ਰਹੀਆਂ ਹਨ, ਠੀਕ ਆ। ਆਪਾਂ ਹੋਰ ਲਿਖਣਾ ਚਾਹੁੰਦੇ ਹਾਂ, ਆਪਾਂ ਇਹਦੇ ਵਿੱਚ ਲਿਖ ਦਿੱਤਾ ਫਿਰ ਸਬਸਕ੍ਰਿਪਟ
ਤੇ ਉਹਦੇ ਵਾਸਤੇ ਟੈਗ ਹੁੰਦਾ ਸਬ ਐਸ ਯੂ ਬੀ ਸਬ ਸਬ ਸ਼ੁਰੂ ਸਬ ਬੰਦ ਫਿਰ ਇੱਕ ਹੁੰਦਾ ਆ ਸੁਪਰ ਸਕ੍ਰਿਪਟ ਉਹਦੇ ਵਾਸਤੇ ਹੁੰਦਾ ਸਪ ਐਸ ਯੂ ਪੀ ਸਪ ਹੁੰਦਾ ਸੁਪਰ ਸਕ੍ਰਿਪਟ ਸਪ ਬੰਦ ਹੁਣ ਆਪਾਂ ਇਹਨੂੰ ਸੇਵ ਕੀਤਾ ਇੱਧਰ ਗਏ ਹੁਣ ਆ ਦੇਖੋ ਇੱਕ ਸਬਸਕ੍ਰਿਪਟ ਜਿਹੜਾ ਸੀ ਉਹ ਲਾਈਨ ਤੋਂ ਥੋੜ੍ਹਾ ਨੀਚੇ ਲਿਖਿਆ ਆਇਆ ਅਤੇ ਸੁਪਰ ਸਕ੍ਰਿਪਟ ਲਾਈਨ ਤੋਂ ਥੋੜ੍ਹਾ ਉੱਚਾ ਲਿਖਿਆ ਆਇਆ ਆਪਾਂ ਜਿਸ ਲਾਈਨ ਨੂੰ ਥੋੜ੍ਹਾ ਮਤਲਬ ਜਿੱਦਾਂ ਲਿਖਦੇ ਐਚ ਟੂ ਓ ਸੀ ਓ ਟੂ ਉਹ ਲਿਖਣ ਵਾਸਤੇ ਅਸੀਂ ਸਬਸਕ੍ਰਿਪਟ ਅਤੇ ਸੁਪਰ ਸਕ੍ਰਿਪਟ ਇਹ ਵਾਲੇ ਜਿਹੜੇ ਟੈਗ ਆ ਇਹਨਾਂ ਦੀ ਵਰਤੋਂ ਕਰ ਸਕਦੇ ਹਾਂ ਫਿਰ ਸਮੋਲ ਸਮੋਲ ਸ਼ੁਰੂ ਸਮੋਲ ਬੰਦ ਫਿਰ ਇੱਕ ਬਿਗ ਹੁੰਦਾ ਬਿਗ ਬਿਗ ਸ਼ੁਰੂ ਬਿਗ ਬੰਦ ਇਹ ਸਾਰੇ ਟੈਗ ਜੋ ਹਨ ਇਹ ਫੋਰਮੈਟਿੰਗ ਟੈਗ ਹਨ ਆਪਾਂ ਨੂੰ ਸੇਵ ਕੀਤਾ F5 ਕੀਤਾ ਹੁਣ ਦੇਖੋ ਸਮੋਲ ਜਿਹੜਾ ਸੀ ਉਹ ਥੋੜ੍ਹਾ ਬਾਕੀ ਲਾਈਨ ਦੇ ਨਾਲ ਥੋੜ੍ਹਾ ਛੋਟਾ ਲਿਖਿਆ ਆ ਅਤੇ ਜੋ ਬਿਗ ਹੈ ਉਹ ਬਾਕੀ ਲਾਈਨ ਤੋਂ ਥੋੜ੍ਹਾ ਵੱਡਾ ਲਿਖਿਆ ਆ ਆਪਾਂ ਜਿਸ ਵੀ ਚੀਜ਼ ਨੂੰ ਜਿਸ ਵੀ ਟੈਕਸਟ ਨੂੰ ਇਹ ਇਫੈਕਟ ਦੇਣਾ ਚਾਹੁੰਦੇ ਹਾਂ ਉਹਦੇ ਸ਼ੁਰੂਆਤ ਵਿੱਚ ਉਹ ਟੈਗ ਸ਼ੁਰੂ ਕਰ ਦੇਣਾ ਅਤੇ ਉਹਦੇ ਐਂਡ ਵਿੱਚ ਉਹਨੂੰ ਬੰਦ ਕਰ ਦੇਣਾ ਠੀਕ ਆ ਜਿੱਦਾਂ ਕਿ ਹੁਣ ਆਹ ਵਾਲਾ ਮੈਂ ਬੀ ਜਿਹੜਾ ਸੀ ਇੱਥੋਂ ਬੀ ਕੱਟ ਕੇ ਕੰਟਰੋਲ ਐਕਸ ਕਰਤਾ ਅਤੇ ਇੱਥੇ ਲਗਾ ਦਿੱਤਾ ਕੰਟਰੋਲ ਵੀ ਇਹਨੂੰ ਸੇਵ ਕਰ ਦਿੱਤਾ ਹੁਣ ਦੇਖੋ ਇੱਥੇ ਇਕੱਲਾ ਬੀ ਬੋਲਡ ਵਾਲਾ ਬੋਲਡ ਸੀਗਾ ਮਤਲਬ ਇੰਨਾ ਹੀ ਬੋਲਡ ਸੀ ਪਰ ਹੁਣ ਦੇਖੋ ਮੈਂ ਕੀਤਾ ਤਾਂ 19 ਸਾਰੀ ਲਾਈਨ ਜਿਹੜੀ ਆ ਉਹ ਡਾਰਕ ਹੋ ਗਈ ਬੋਲਡ ਹੋ ਗਈ ਠੀਕ ਅਤੇ ਇਸ ਤਰੀਕੇ ਨਾਲ ਆਪਾਂ ਬੋਲਡ ਇਟੈਲਿਕ ਅੰਡਰਲਾਈਨ ਸਬਸਕ੍ਰਿਪਟ ਸੁਪਰਸਕ੍ਰਿਪਟ ਇਹ ਸਭ ਕੁਝ ਕਰ ਸਕਦੇ ਹੁਣ ਇੱਥੇ ਆਪਾਂ ਇੱਕ ਹੋਰ ਲਾਈਨ ਲਿਖੀ ਦਿਸ ਇਜ਼ ਆਲ ਠੀਕ ਆਪਾਂ ਇਹਦੇ ਤੋਂ ਪਹਿਲਾਂ ਹੁਣ ਦੇਖੋ ਇੱਥੇ ਸ਼ੁਰੂ ਕੀਤਾ ਬੀ ਇਹਦੇ ਤੋਂ ਪਹਿਲਾਂ ਸ਼ੁਰੂ ਕਰਤਾ ਯੂ ਆਈ ਇੱਥੇ ਮੈਂ ਹੁਣ ਯੂ ਕਰ ਦਿੱਤਾ ਫਿਰ ਇੱਥੇ ਆਈ ਵੀ ਕਰ ਦਿੱਤਾ ਫਿਰ ਹੁਣ ਇਹਨਾਂ ਨੂੰ ਮੈਂ ਬੰਦ ਵੀ ਕਰਤਾ ਇੱਥੇ ਜਾ ਕੇ ਬੀ ਬੰਦ ਯੂ ਬੰਦ ਆਈ ਬੰਦ ਵੀ ਮੈਂ ਇੱਕੋ ਇੱਕ ਹੀ ਟੈਕਸਟ ਨੂੰ ਇਹ ਸਾਰੇ ਇਫੈਕਟ ਦੇ ਦਿੱਤੇ ਇੱਥੇ ਕਰਕੇ ਹੁਣ F5 ਕੀਤਾ ਹੁਣ ਦੇਖੋ ਆਹ ਵਾਲੀ ਲਾਈਨ ਬੋਲਡ ਵੀ ਹੋ ਗਈ ਇਟੈਲਿਕ ਵੀ ਹੋ ਗਈ ਅੰਡਰਲਾਈਨ ਵੀ ਹੋ ਗਈ ਆਪਾਂ ਇੱਕ ਨੂੰ ਇੱਕ ਤੋਂ ਜ਼ਿਆਦਾ ਇਫੈਕਟ ਵੀ ਦੇ ਸਕਦੇ ਹਾਂ ਇਸ ਤਰੀਕੇ ਨਾਲ ਇਹ ਸਾਰੇ ਫੋਰਮੈਟਿੰਗ ਸਟੈਗ ਦੀ ਆਪਾਂ ਵਰਤੋਂ ਕਰ ਸਕਦੇ ਹਾਂ